ਆਪਾਂ ਇੱਕ ਕੱਲ ਵੀਡੀਓ ਪਾਈ ਸੀ ਕਿ ਸਿੱਧੂ ਮੂਸੇਵਾਲਾ ਦੇ ਘਰ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਘਰ ਦੋ ਜੁੜਵਾ ਬੱਚੇ ਹੋਣ ਜਾ ਰਹੇ ਹੈ। ਇਹ ਖਬਰ ਕੱਲ ਚਰਚਾਵਾਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ, ਪਰ ਕੁਝ ਲੋਕ ਆਪਣੀ ਵੀਡੀਓ ਦੇ ਥੱਲੇ ਮੰਦੇ ਚੰਗੇ ਕਮੈਂਟ ਉਹ ਤਾਂ ਕਰਦੇ ਹੀ ਰਹਿੰਦੇ ਆ। ਚਲੋ ਨੈਗੇਟਿਵਿਟੀ ਇਹਨਾਂ ਦੀ, ਕਿਉਂ ਇਹਨਾਂ ਨੇ ਅੰਬਾਨੀ ਦਾ 1.5 GB 1 GB ਨੈੱਟ ਵਰਤ ਕੇ ਗਾਲਾਂ ਹੀ ਸਿਰਫ ਦੇਣੀਆਂ। ਇਹਨਾਂ ਨੇ ਕੱਖ ਦੀ ਕੰਮ ਦੀ ਗੱਲ, ਕੋਈ ਕੱਖ ਨਹੀਂ ਇਹਨਾਂ ਨੇ ਸਿੱਖਣਾ ਹੈਗਾ ਕਿਸੇ ਤੋਂ। ਪਰ ਮੈਂ ਇਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਮਾੜਾ ਮੋਟਾ ਇੱਕ ਤਾਂ ਸੁਨੇਹਾ ਉੱਠ ਖੜਿਆ ਕਰੋ, ਇੱਕ ਕੋਈ ਮਾੜਾ ਮੋਟਾ ਰੱਬ ਦਾ ਨਾਂ ਲੈ ਲਿਆ ਕਰੋ। ਕਿਸੇ ਨੂੰ ਮੰਦੇ ਚੰਗੇ ਸ਼ਬਦ ਬੋਲਣ ਲੱਗੇ ਤੁਹਾਨੂੰ ਸ਼ਰਮ ਆਵੇ, ਤੁਹਾਨੂੰ ਮਾੜੀ ਮੋਟੀ ਅਕਲ ਆਵੇ, ਤੁਸੀਂ ਦੇਖੋ ਦੁਨੀਆ 'ਚ ਹੋ ਕੀ ਰਿਹਾ, ਤੁਹਾਨੂੰ ਮਾੜੀ ਮੋਟੀ ਸੋਝੀ ਆਵੇ। ਇਹ ਮੇਰੀ ਤਾਂ ਚਲੋ 2 ਮਹੀਨੇ ਪਹਿਲਾਂ ਕਿਸੇ ਨਾਲ ਗੱਲ ਹੋਈ ਸੀ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਬਲਕੌਰ ਸਿੰਘ ਦੇ ਘਰ ਦੋ ਬੱਚੇ ਪੈਦਾ ਹੋਣ ਜਾ ਰਹੇ ਹੈ, ਜੈ ਸ਼੍ਰੀ ਰਾਮ ਜੀ ਰਵੀ ਜੀ। ਪਰ ਇਹ ਖਬਰ ਕੱਲ ਉੱਘੇ ਪੱਤਰਕਾਰ ਬਲਜੀਤ ਜੀ ਉਹਨਾਂ ਦੀ ਵੀਡੀਓ ਵੀ ਸਾਹਮਣੇ ਆ ਗਈ ਤੇ ਉਹ ਸੁਨੇਹਾ ਵੀ ਦਿੰਦੇ ਕਿ ਸਿੱਧੂ ਮੂਸੇਵਾਲੇ ਦੇ ਫੈਨਾਂ ਨੂੰ ਵੀ ਭਾਈ ਖੁਸ਼ਖਬਰੀ ਹੈ ਤੁਹਾਡੇ ਲਈ, ਮਾਰਚ 'ਚ ਖੁਸ਼ਖਬਰੀ ਆਉਣੀ ਹੈ। ਸਾਰੀ ਡਿਟੇਲ 'ਚ ਉਹਨਾਂ ਨੇ ਗੱਲ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਾਰੇ, ਬੱਚਿਆਂ ਬਾਰੇ ਬਲਜੀਤ ਜੀ ਨੇ, ਪੱਤਰਕਾਰ ਨੇ ਜਿਹੜੇ। ਉਹ ਭਾਈ ਇਹ ਕੋਈ ਝੂਠੀ ਖਬਰ ਨਹੀਂ ਹੈ, ਇਹ ਕੋਈ ਮਾੜੀ ਨਹੀਂ ਗੱਲ ਫਿਰ। ਸੋ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਏਡਾ ਵੱਡਾ ਪੱਤਰਕਾਰ ਜੋਬਨਪ੍ਰੀਤ, ਕੀ ਹਾਲ ਨੇ ਵੀਰ ਜੀ? ਵਧੀਆ ਜੀ, ਵਧੀਆ ਭਰਾ ਜੋਬਨ ਜੀ, ਗੁਰਪ੍ਰੀਤ ਕੀ ਹਾਲ ਨੇ? ਤੇ ਤੁਹਾਨੂੰ ਮਾੜੀ ਮੋਟੀ ਅਕਲ ਆਵੇ, ਤੁਸੀਂ ਸਿੱਖੋ ਕੁਛ ਕਿ ਪਰਮਾਤਮਾ ਕਿੱਥੇ ਵੱਸਦਾ, ਪਰਮਾਤਮਾ ਦੇ ਰੰਗ ਤੁਹਾਨੂੰ ਪਤਾ ਲੱਗੇ ਕੁਛ, ਉਹ ਮਾਲਕ ਦੀਆਂ ਖੇਡਾਂ ਨੇ। ਉਹ ਦੋ ਬੱਚੇ ਕੀ ਉਹ ਤਾਂ 4 ਵੀ ਦੇ ਸਕਦਾ? ਉਹ ਤਾਂ ਉਹਦੇ ਰੰਗ ਨੇ, ਹੈ ਨਾ, ਜਿਹਨੂੰ ਦੇਣਾ, ਜਿਹ ਤੋਂ ਖੋਣਾ, ਸਭ ਉਹਦੇ। ਰਕੇਸ਼ ਕੁਮਾਰ ਜੀ, ਜੈ ਸ਼੍ਰੀ ਰਾਮ ਬ੍ਰਦਰ। ਸੋ ਤੁਸੀਂ, ਮੇਰਾ ਤੁਹਾਨੂੰ ਸੁਨੇਹਾ ਆਪਣੇ ਵਾਲਿਆਂ ਨੂੰ, ਬਾਈ ਜੀ ਸਤਿ ਸ਼੍ਰੀ ਅਕਾਲ ਓਮ ਪ੍ਰਕਾਸ਼ ਜੀ, ਮੇਰਾ ਤੁਹਾਨੂੰ ਸੁਨੇਹਾ ਆਪਣੇ ਵਾਲੇ ਜਿਹੜੇ ਆ ਮੰਦੇ ਚੰਗੇ ਕਮੈਂਟ ਕਰਦੇ ਆ ਕਿ ਮਾੜਾ ਮੋਟਾ ਅਕਲ ਲੈ ਲਓ, ਦੁਨੀਆ ਦੇਖੋ ਕਿੱਥੇ ਵੱਸਦੀ ਹੈ। ਜੇ ਰਵਨੀਤ ਬਿੱਟੂ ਤੁਹਾਡੀਆਂ ਤਾਰੀਫਾਂ ਕਰਨ ਲੱਗ ਗਿਆ, ਤੁਸੀਂ ਤਾਂ ਇਹ ਸੋਚਦੇ ਹੋ ਆਹ ਬਈ ਬੇਅੰਤ ਦੇ ਪੋਤੇ ਨੂੰ ਅਕਲ ਆ ਗਈ, ਪਰ ਮੇਰੀ ਸੋਚਣੀ ਉੱਥੇ ਇਹ ਹੁੰਦੀ ਹੈ ਇਹ ਰਵਨੀਤ ਬਿੱਟੂ ਨੇ ਤਾਰੀਫ ਕਿਉਂ ਕਰੀ ਹੈ, ਕਾਰਨ ਹੈ ਇਹਦੇ ਪਿੱਛੇ। ਫਿਰ ਖੋਜ ਕਰੋ ਕਾਰਨ ਕੀ ਹੈ, ਫਿਰ ਖੋਜ ਜਦੋਂ ਕਰੋਗੇ ਫਿਰ ਤੁਹਾਡੇ ਸਾਹਮਣੇ ਆਊਗਾ। ਰਾਉਡੀ ਕੁਮਾਰ ਜੀ ਸਤਿ ਸ਼੍ਰੀ ਅਕਾਲ, ਰਾਮ ਰਾਮ ਜੀ ਫਰੋਮ ਕੈਨੇਡਾ। ਸ਼ੁਕਰੀਆ ਵੀਰੇ ਰਾਉਡੀ ਕੁਮਾਰ ਕੌਸ਼ਲ, ਬਹੁਤ ਬਹੁਤ ਸ਼ੁਕਰੀਆ। ਫਿਰ ਤੁਹਾਨੂੰ ਪਤਾ ਲੱਗੇ ਕਿ ਰਵਨੀਤ ਬਿੱਟੂ ਤੁਹਾਡੀਆਂ ਤਾਰੀਫਾਂ ਤਾਂ ਕਰਦਾ ਕਿਉਂਕਿ ਚਾਂਸ ਬਣਦੇ ਜਾਂਦੇ ਨੇ ਕਿ ਕੁੱਕੀ ਗਿੱਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਲੁਧਿਆਣੇ ਤੋਂ MP ਲੜਾ ਸਕਦਾ। ਐਂ ਕਰੋ ਖੋਜ, ਫਿਰ ਤੁਹਾਨੂੰ ਮਾੜੀ ਮੋਟੀ ਮੱਤ ਆਵੇ ਕਿ ਰਵਨੀਤ ਬਿੱਟੂ। ਫਿਰ ਮੈਂ ਹੁਣ ਜਿਹੜੀ ਗੱਲ ਸੱਚੀ ਹੈ ਉਹ ਕਹਿਣੀ ਹੈ। ਹੁਣ ਮੈਂ ਕਹਿ ਰਿਹਾ ਵੀ ਆਪਣੇ ਸੰਗਰੂਰ ਸਿਮਰਨਜੀਤ ਮਾਨ ਦੇ ਬਰਾਬਰ ਦਾ ਲੀਡਰ ਹਜੇ ਤੱਕ ਕੋਈ ਹੈ ਨਹੀਂ ਕਿਸੇ ਪਾਰਟੀ ਕੋਲ। ਜੇ ਖਹਿਰਾ ਲੜਦਾ ਤਾਂ ਹਾਰੂਗਾ ਸਿਮਰਨਜੀਤ ਮਾਨ, ਨਹੀਂ ਸਿਮਰਨਜੀਤ ਮਾਨ ਹਾਰਦਾ ਨਹੀਂ ਇੱਥੋਂ। ਐ ਸੋਚੋ ਮਾੜਾ ਮੋਟਾ ਢੰਗ ਨਾਲ। ਬੇ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਇਹ ਗੱਲ ਕਰਦੇ ਆ, ਉਹ ਵੀਡੀਓ ਵੱਡੇ ਪੱਤਰਕਾਰਾਂ ਦੀ ਤੇ ਹੋਰ ਵੀਰ ਕਮੈਂਟ ਕਰਦੇ ਆ ਜਿਨ੍ਹਾਂ ਨੂੰ ਪਤਾ ਇਸ ਗੱਲ ਦਾ, ਇਹ ਸੱਚੀ ਖਬਰ ਹੈ, ਕੋਈ ਝੂਠੀ ਨਹੀਂ। ਮੈਂ ਜੇ ਕਹਿ ਰਿਹਾ, ਉਹਨਾਂ ਨੂੰ ਕੋਰਟ ਵੀ ਕੀਤਾ ਬਲਜੀਤ ਜੀ ਨੂੰ ਕਿ ਉਹਨਾਂ ਨੇ ਕਿਹਾ ਕਿ ਜਲਦੀ ਹੀ ਦੋ ਜੁੜਵੇ ਬੱਚੇ ਪੈਦਾ ਹੋਣ ਜਾ ਰਿਹਾ ਸਿੱਧੂ ਮੂਸੇਵਾਲੇ ਦੇ। ਮੈਂ ਫੈਨਾਂ ਨੂੰ ਕਹਿੰਦਾ, ਇਹ ਬਲਜੀਤ ਜੀ ਕਹਿ ਰਿਹਾ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ
ਕਿ ਤੁਸੀਂ ਤਿਆਰੀ ਕਰੋ ਮਾਰਚ ਦੇ ਮਹੀਨੇ ਦੀ। ਜਗਦੀਪ ਦਿਓਲ ਜੀ ਕੀ ਹਾਲ ਨੇ? ਵਧੀਆ ਜੀ, ਵਧੀਆ, ਬਹੁਤ ਵਧੀਆ ਜਗਦੀਪ ਜੀ, ਬਹੁਤ ਵਧੀਆ। ਹੁਣ ਮੈਂ ਆਪਦੀ ਤੁਹਾਨੂੰ ਨਜ਼ਰੀਆ ਦੱਸਤਾ, ਜੇ ਰਵਨੀਤ ਬਿੱਟੂ ਤਾਰੀਫ ਕਰਦਾ, ਮੈਂ ਇਸ ਤਰੀਕੇ ਨਾਲ ਸੋਚਦਾ ਵੀ ਕਿਤੇ ਕੁੱਕੀ ਗਿੱਲ ਸ਼੍ਰੋਮਣੀ ਅਕਾਲੀ ਦਲ ਤੋਂ ਟਿਕਟ ਤਾਂ ਨਹੀਂ, ਚੋਣ ਤਾਂ ਨਹੀਂ ਲੜ ਰਹੇ, ਪੰਥਕ ਵੋਟ ਨੂੰ ਆਪਦੇ ਪਾਸੇ ਕਰਨ ਲਈ ਰਵਨੀਤ ਬਿੱਟੂ ਨੇ ਇਹ ਬਿਆਨ ਤਾਂ ਨਹੀਂ ਦਿੱਤਾ, ਐ ਸੋਚਦਾ ਭਾਈ, ਤਾਂ ਜਾ ਕੇ ਕਿਤੇ ਮਾੜੀ ਮੋਟੀ ਸੋਝੀ ਬੰਦੇ ਨੂੰ ਆਉਂਦੀ ਹੈ। ਇਹ ਵੀ ਭਵਿੱਖਬਾਣੀ ਹੈ, ਸਮਝ ਲਓ ਅਸਲ ਤਾਂ ਮੇਰੀ। ਲੈ ਇਹ ਨਵੀਂ ਗੱਲ ਇਹ ਦੱਸ ਦਿੰਦਾ ਤੁਹਾਨੂੰ ਵੀ ਕੁੱਕੀ ਗਿੱਲ ਦੇ ਪੂਰੇ ਚਾਂਸ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਲੁਧਿਆਣਾ ਤੋਂ MP ਚੋਣ ਲੜਨ ਦੇ, ਸਿਮਰਨਜੀਤ ਮਾਨ ਦੇ ਵੀ ਪੂਰੇ ਚਾਂਸ ਨੇ ਸੰਗਰੂਰ ਤੋਂ ਜਿੱਤਣ ਦੇ, ਜਦੋਂ ਤੱਕ ਕੋਈ ਪਾਰਟੀਆਂ ਦਾ ਬਰਾਬਰ ਦਾ ਲੀਡਰ ਉਹਨਾਂ ਦੇ ਬਰਾਬਰ ਨਹੀਂ ਆਊਗਾ, ਇਹ ਸੱਚ ਹੈ। ਗੁੱਡ ਮਾਰਨਿੰਗ ਜੀ ਅਜੇ ਜੀ, ਗੁੱਡ ਮਾਰਨਿੰਗ, ਬਹੁਤ ਬਹੁਤ ਸ਼ੁਕਰੀਆ ਭਰਾਵੋ ਜੀ ਨੇ ਸਟਾਰ ਸੈਂਡ ਕੀਤਾ। ਅਤੇ ਤੁਹਾਨੂੰ ਵੀਰੋ ਮੈਂ ਅਸਲ 'ਚ ਨਾ ਇਹ ਗੱਲ ਹੋਰ ਤੁਹਾਨੂੰ ਦੱਸ ਦਿੰਦਾ, ਕੁੱਕੀ ਗਿੱਲ ਜੀ ਨੇ ਜ਼ਿਕਰ ਕੀਤਾ ਕਿ ਕਿਸਾਨਾਂ ਨੂੰ MSP ਵਾਸਤੇ ਨਹੀਂ ਲੜਨਾ ਚਾਹੀਦਾ, ਕਿਸਾਨਾਂ ਨੂੰ ਬਾਰਡਰਾਂ ਵਾਸਤੇ ਵੀ ਵਪਾਰ ਚੱਲੇ, ਟ੍ਰੇਡ ਚੱਲੇ, ਇਹਦੇ ਬਾਅਦ ਇਹ ਕੁੱਕੀ ਗਿੱਲ ਦਾ ਬਿਆਨ ਹੈ। ਹੁਣ ਤੁਸੀਂ ਦੱਸੋ, ਉਹ ਤਾਂ ਜਿਹੜੇ ਪਿੱਛੇ 3 ਕਾਨੂੰਨ ਰੱਦ ਕਰਾਏ ਸੀ ਦਿੱਲੀ ਧਰਨਾ ਲਾ ਕੇ, ਉਹ ਤਾਂ ਇਹ ਵੀ ਕਹਿ ਰਹੇ ਨੇ, ਸਰਦਾਰਾ ਸਿੰਘ ਜੌਹਲ ਨੇ ਵੀ ਕਿਹਾ, ਕੁੱਕੀ ਗਿੱਲ ਨੇ ਵੀ ਕੋਡ ਕੀਤਾ ਇਸ ਗੱਲ ਨੂੰ ਕਿ ਉਹ ਕਾਨੂੰਨ ਵੈਸੀ ਰੱਦ ਕਰਾ ਲਏ, ਉਹ ਆਪਣੀ ਗਲਤੀ ਸੀ, ਉਹ ਮਾੜਾ ਨਹੀਂ ਸੀ, ਉਹ ਕਾਨੂੰਨਾਂ 'ਚ ਕਰ ਲਓ ਕਿ ਉਹਨੂੰ ਭਾਂਡਾ। ਅੱਛਾ, ਇਮੋਸ਼ਨਲੀ ਸਾਡੇ ਲੋਕ ਕਿਵੇਂ, ਇਮੋਸ਼ਨਲੀ ਕਿਵੇਂ ਜੁੜਦੇ ਨੇ ਇਹ ਪ੍ਰੋਟੈਸਟਾਂ 'ਚ, ਜਾਂ ਕਿਵੇਂ ਕਰਾਊਡ ਇਕੱਠਾ ਕਰਦੇ ਨੇ ਕੁਛ ਲੀਡਰ? ਇਮੋਸ਼ਨਲੀ ਮੰਗਾਂ, ਜਿਵੇਂ ਕਰਜ਼ਾ ਮੁਕਤੀ ਦੀ ਮੰਗ ਹੈ, ਇਮੋਸ਼ਨਲੀ ਮੰਗ ਹੈ। ਜੇ ਮੇਰੇ ਵਰਗਾ ਬੰਦਾ ਵੀ ਉਸ ਕਰਾਊਡ ਨਾਲ ਜੁੜਜੂ, ਕਿਉਂ? ਮੈਨੂੰ ਪਤਾ ਵੀ 10 ਲੱਖ ਰੁਪਇਆ ਯਾਰ, ਜੇ 5 ਮਾਫ ਹੋ ਗਏ, ਚਲੋ ਧਰਨਾ ਲਾਉਣ ਨਾਲ, ਲੈ ਚਲੋ ਚੱਲੀਏ। ਇਹ ਇਮੋਸ਼ਨਲੀ ਮੰਗਾਂ ਹੁੰਦੀਆਂ ਨੇ। ਤੁਹਾਨੂੰ ਕੱਲ ਵੀ ਦੱਸਿਆ ਸੀ 167 ਤੇ 187, ਘੱਟੋ ਘੱਟ 200 ਦੇ ਤਕਰੀਬਨ ਦੇਸ਼ ਨੇ WTO ਦੇ ਵਿੱਚ, ਕਿਹੜੇ ਹਿਸਾਬ ਨਾਲ ਨਿਕਲੂਗਾ ਦੇਸ਼? 14ਵੀਂ ਸਦੀ 'ਚ ਤਾਂ ਵਾਪਸ ਜਾ ਸਕਦਾ ਹੈ, WTO 'ਚੋਂ ਨਹੀਂ ਨਿਕਲ ਸਕਦਾ। ਆਹ ਗੱਲ ਮੈਂ ਤੁਹਾਨੂੰ ਦੱਸਦਿਆਂ, ਇਹ ਸੱਚਾਈਆਂ ਨੇ ਕੌੜੀਆਂ। ਹਾਂ, ਜੇ ਸਾਰੇ ਦੇਸ਼ਾਂ ਦਾ ਏਕਾ ਹੁੰਦਾ, ਸਾਰੇ ਦੇਸ਼ ਇਕੱਠੇ ਹੋ ਕੇ ਨਿਕਲਦੇ ਨੇ, ਤਾਂ ਨਿਕਲ ਸਕਦੇ ਨੇ WTO 'ਚੋਂ। WTO ਇਕੱਲੇ ਕਣਕ ਜੀਰੀ ਦਾ ਵਪਾਰ ਨਹੀਂ ਕਰਦੀ, WTO ਹੋਰ ਬਹੁਤ ਵੱਡੀ ਜਿਹੜੀ ਵਪਾਰਕ ਸੰਸਥਾ ਕਹਿ ਲਈਏ ਆਪਾਂ, ਸਮੂਹ ਹੈ ਉਹ ਦੇਸ਼ਾਂ ਦਾ। 23 ਕੰਟਰੀਆਂ ਤਾਂ ਉਹ 'ਚ ਪ੍ਰਵੇਸ਼ ਕਰਦੀਆਂ ਨੇ, ਪ੍ਰਵੇਸ਼ ਜਿਹੜੀਆਂ ਸਰਕਾਰਾਂ ਨੇ 23 ਕੰਟਰੀਆਂ ਉਹ ਕਰਦੀਆਂ ਨੇ, 23 ਸਰਕਾਰਾਂ, ਛੋਟੀ ਗੱਲ ਨਹੀਂ ਹੈਗੀ WTO 'ਚੋਂ ਨਿਕਲ ਜਾਣਾ। ਮੈਂ ਵੀ ਤੀਰ ਮਾਰੀ ਜਾਵਾਂ, ਉਹ ਕੋਈ ਫਾਇਦਾ? ਕਿਸੇ ਨੂੰ ਬਿਠਾ ਦਿਓ, ਤੁਸੀਂ ਕਹਿੰਦੇ ਮੋਦੀ ਕਰਦੇ, ਕਰੇ ਲਾਗੂ, ਕਾਂਗਰਸ ਨੇ ਕਰਾਏ ਨੇ, ਕਾਂਗਰਸ ਦੇ ਖਿਲਾਫ਼ ਵੀ ਬੋਲ ਲਓ ਇੱਕ ਸ਼ਬਦ ਆਪਾਂ। ਜਿਹੜੀ ਨੇ ਇਹ ਰੱਸਾ ਕਿਸਾਨਾਂ ਦੇ ਗਲ 'ਚ, WTO ਨਾਂ ਦਾ ਰੱਸਾ 1994-95 'ਚ ਪਾਇਆ ਹੈ, ਉਹ ਕਾਂਗਰਸ ਦੇ ਖਿਲਾਫ਼ ਵੀ ਬੋਲੀਏ ਆਪਾਂ ਇੱਕ ਸ਼ਬਦ ਮੋਦੀ ਦਾ ਗ੍ਰਾਫ ਡੇਗ ਕੇ? ਤੁਹਾਨੂੰ ਇਹ ਇਲਮ ਹੋਣਾ ਚਾਹੀਦਾ, ਬਹੁਤੇ ਹਿੰਦੂ ਮੋਦੀ ਨੂੰ ਹਿੰਦੂ ਲੀਡਰ ਮੰਨਦੇ ਨੇ, ਸਮਝਦੇ ਨੇ, ਮੰਨਦੇ ਨੇ, ਤੇ ਤੁਸੀਂ ਇਹ ਦੇਖੋ ਉਹ ਮੋਦੀ ਦੇ ਖਿਲਾਫ਼ ਬੋਲਣਾ, ਦੇਸ਼ ਦੇ ਖਿਲਾਫ਼ ਬੋਲਣਾ ਤੇ ਹਿੰਦੂ ਧਰਮ ਦੇ ਖਿਲਾਫ਼ ਬੋਲਣਾ, ਸਮਝਦੇ ਨੇ? ਆਪਾਂ ਹਿਸਾਬ ਲਾਈਏ ਆਪਣੇ ਲੋਕ ਕਿੱਥੇ ਕਿੱਥੇ ਸੂਬਿਆਂ 'ਚ ਬੈਠੇ ਨੇ, ਆਪਾਂ ਉਹਨਾਂ ਦੀ ਚਿੰਤਾ ਕਰਕੇ ਵੀ ਨਾਲ ਚੱਲੀਏ ਵੀਰੋ। ਇਸ ਤਰੀਕੇ ਨਾਲ ਸੋਚਣਾ ਪਊਗਾ ਸਾਨੂੰ, ਜਿਹੜੇ ਤੁਸੀਂ ਸਾਰੇ ਮੇਰੇ ਨਾਲ ਜੁੜੇ ਹੋਏ ਹੋ ਵੀਰ, ਸਾਰੇ ਆਪਣੇ ਹਿੰਦੂ ਵੀਰ ਹੀ ਕਮੈਂਟ ਕਰ ਰਹੇ ਨੇ, ਮੈਨੂੰ ਪੁੱਛ ਲਓ। ਬਹੁਤਾਂਤ ਹਿੰਦੂ ਵੀਰ ਨੇ ਜਿਹੜੇ ਨਰਿੰਦਰ ਮੋਦੀ ਨੂੰ ਹਿੰਦੂ ਧਰਮ ਦਾ ਲੀਡਰ ਸਮਝਦੇ ਨੇ, ਉਹ ਨਰਿੰਦਰ ਮੋਦੀ ਦੇ ਜਾਂ ਯੋਗੀ ਦੇ ਖਿਲਾਫ਼ ਬੋਲਣਾ, ਹਿੰਦੂ ਧਰਮ ਦੇ ਖਿਲਾਫ਼ ਬੋਲਣਾ ਸਮਝਦੇ ਨੇ, ਸੱਚ ਹੈ।
ਹੈ ਨਹੀਂ ਸੱਚ। 500 ਸਾਲਾਂ ਦਾ ਮਸਲਾ ਅਗਲੇ ਦਾ ਰਾਮ ਮੰਦਿਰ ਦਾ ਮੋਦੀ ਨਹੀਂ ਸੋਲਵ ਕਰਿਆ, ਫਿਰ ਮੰਨਣਗੇ ਉਹ ਕਰਦੇ ਹੀ ਗਤੀਵਿਧੀਆਂ, ਧਰਮ ਦੀਆਂ ਗਤੀਵਿਧੀਆਂ ਕਰਦਾ ਜਦੋਂ ਅਗਲਾ ਧਰਮ ਦਾ ਪੱਖ ਕਰਦਾ, ਕਰਦਾ ਕਿ ਨਹੀਂ ਕਰਦਾ, ਸੱਚੀ ਗੱਲ ਹੈ ਇਹ। ਮੈਂ ਕਿਸੇ ਦੇ ਪੱਖ ਚ ਨਹੀਂ ਬੋਲਦਾ ਹੁੰਦਾ, ਬੀਜੇਪੀ ਦੀ ਮੈਂ ਉੱਥੇ ਨਿੰਦਿਆ ਕਰੂੰਗਾ ਜਿੱਥੇ ਮੈਨੂੰ ਮਾੜੀ ਲੱਗੀ। ਮੈਨੂੰ ਤਾਂ ਬੀਜੇਪੀ ਮਾੜੀ ਨਹੀਂ ਲੱਗ ਰਹੀ ਕਾਂਗਰਸ ਦੇ ਮੁਕਾਬਲੇ, ਤਾਂ ਕਾਂਗਰਸ ਤਾਂ ਸਭ ਤੋਂ ਮਾੜੀ ਪਾਰਟੀ ਲੱਗਦੀ ਹੈ। ਜੇ WTO ਨਾਂ ਦਾ ਰੱਸਾ ਤੁਹਾਡੇ ਗਲ ਚ ਪਾਇਆ, ਫੰਦਾ ਪਾਇਆ, ਇਹ ਕਾਂਗਰਸ ਦੀ ਦੇਣ ਹੈ। ਨਾਲੇ ਕਾਂਗਰਸ ਕੋਲੇ ਮੌਕਾ ਤੀ, ਉਦੋਂ ਮੌਕਾ ਤੀ, ਗੌੜੇ ਨਾਲ ਸਰਕਾਰ ਬਣੀ ਹੋਈ ਸੀ ਜਿਹੜੀ, ਉਹ ਭਾਈਵਾਲ ਸਰਕਾਰ ਤੀ, ਗੱਠਜੋੜ ਦੀ ਸਰਕਾਰ ਤੀ ਕਾਂਗਰਸ ਦੀ। ਜਦੋਂ ਵਰਲਡ ਬੈਂਕ ਨੇ ਚਿੱਠੀ ਭੇਜੀ ਇਹਨਾਂ ਨੂੰ, ਇਹ ਕਹਿ ਸਕਦੇ ਸੀ ਕਿ ਸਾਡੀ ਗੱਠਜੋੜ ਦੀ ਸਰਕਾਰ ਹੈ, ਇੱਥੇ ਵਿਰੋਧ ਹੈ ਕਿਸਾਨਾਂ ਦਾ WTO ਦੇ ਖਿਲਾਫ, ਗੈਟ ਦੇ ਖਿਲਾਫ, ਜੇ ਅਸੀਂ ਤੁਹਾਡੇ ਸਮਝੌਤੇ ਤੇ ਤੁਹਾਡੇ ਹਦਾਇਤਾਂ ਤੇ ਸਾਈਨ ਕਰਦੇ ਹਾਂ ਤਾਂ ਸਾਡੀ ਸਰਕਾਰ ਡਿੱਗ ਸਕਦੀ ਹੈਗੀ ਇਸ ਦੇਸ਼ ਚ। ਕਾਂਗਰਸ ਕੋਲੇ ਆਪਸ਼ਨ ਸੀ ਉਦੋਂ, ਪਰ ਨਹੀਂ, ਅਫਸਰ ਬਦਲ ਤੇ WTO ਦੇ ਤੇ ਵਰਲਡ ਬੈਂਕ ਦੇ ਕਹਿਣ ਤੇ ਜਦੋਂ ਵਰਲਡ ਬੈਂਕ ਨੇ ਚਿੱਠੀ ਕੱਢੀ ਕਿ SP ਸ਼ੁਕਲਾ ਨੂੰ ਬਦਲੋ, ਇੰਦਰ ਕੁਮਾਰ ਗੁਜਰਾਲ ਨੂੰ ਬਦਲੋ, ਅਲਵਰ ਨਹੋਤਾ ਨੂੰ ਪਤਾ ਨਹੀਂ ਕਿਹੜਾ ਉਹਨੂੰ ਲਾਓ, ਉਸੇ ਨੂੰ ਲਾਤਾ। ਫਿਰ ਦੱਸੋ, ਉਪਰਾਵੋ ਮਾੜੀ ਮੋਟੀ ਸਮਝ ਨਾਲ ਚੱਲੀਏ। ਧਾਮੀ ਚੌਧਰੀ, ਗੁੱਡ ਬਾਈ ਜੀ, ਥੈਂਕ ਯੂ ਬ੍ਰਦਰ ਸੰਦੀਪ, ਰਾਮ ਰਾਮ ਜੀ, ਰਾਮ ਰਾਮ। ਆਪਾਂ ਮਾੜੀ ਮੋਟੀ ਸਮਝ ਨਾਲ ਚੱਲੀਏ। ਦੇਖੋ ਰਵਨੀਤ ਬਿੱਟੂ ਜਿੱਥੇ ਤੁਹਾਡੀ ਤਾਰੀਫ ਕਰਦਾ, ਹੁਣ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਪੱਖ ਜੇ ਚ ਬੋਲਦਾ, ਉਹਦਾ ਕਾਰਨ ਇਹੀ ਹੈ। 100% ਚਾਂਸ ਨੇ, ਮੈਂ 99 ਵੀ ਨਹੀਂ ਕਹਿੰਦਾ, ਕਿ ਕੁੱਕੀ ਗਿੱਲ ਚੋਣ ਲੜਨਾ ਚਾਹੁੰਦੇ ਨੇ, ਪਰ ਚੋਣ ਉਹ ਪੰਥਕ ਪਾਰਟੀ ਤੋਂ, ਚਾਹੇ ਸਿਮਰਨਜੀਤ ਮਾਨ ਵਾਲੀ ਪਾਰਟੀ ਚੋਂ ਲੜ ਲੈਣ, ਚਾਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਲੜ ਲੈਣ, ਪਰ ਲੜਨਗੇ ਪੰਥਕ, ਕਿਉਂਕਿ ਉਹਨਾਂ ਦਾ ਇਤਿਹਾਸ ਹੈ, ਪੰਥਕ ਇਤਿਹਾਸ ਹੈ ਉਹਨਾਂ ਦਾ, ਕੁੱਕੀ ਗਿੱਲ ਦਾ, ਸੁਲਝੇ ਹੋਏ, ਚਾਹੇ ਪਿੱਛੇ ਉਹਨਾਂ ਨੇ ਕੁਛ ਵੀ ਕਰਿਆ, ਸੁਲਝੇ ਹੋਏ ਲੀਡਰ ਤੇ ਸੁਲਝੇ ਹੋਏ ਬੰਦੇ ਨੇ, ਬੁੱਧੀਜੀਵੀ ਬੰਦੇ ਨੇ ਕੁੱਕੀ ਗਿੱਲ, ਕੋਈ ਹਾਸੀ ਵਾਲੀ ਗੱਲ ਨਹੀਂ, ਸਟੱਡੀ ਕੀਤੀ ਹੋਈ ਹੈ। ਇੱਕ ਇੱਕ ਗੱਲ ਜਦੋਂ ਬੋਲਦੇ ਨੇ ਠੋਲੂ ਡਿੱਗਦੇ ਨੇ, ਇੱਕ ਇੱਕ ਗੱਲ ਕੀਮਤੀ ਹੁੰਦੀ ਹੈ। ਇਸ ਕਰਕੇ ਕਹਿਣਾ ਕਿ ਤਾਂ ਰਵਨੀਤ ਬਿੱਟੂ ਤੁਹਾਡੇ ਪੱਖ ਚ ਬੋਲਦਾ, ਤੁਹਾਡੀਆਂ ਵੋਟਾਂ ਚਾਹੀਦੀਆਂ ਰਵਨੀਤ ਬਿੱਟੂ ਨੂੰ ਹੁਣ। ਰਾਮ ਰਾਮ ਜੀ ਬੱਬੂ ਸਤੀਸ਼ ਸੇਠ, ਰਾਮ ਰਾਮ ਜੀ ਬ੍ਰਦਰ, ਰਾਮ ਰਾਮ। ਤਾਂ ਬੋਲਦਾ ਉਹ ਤੁਹਾਡੇ ਪੱਖ ਚ। ਸੋ ਇਸ ਕਰਕੇ ਆਪਾਂ ਸਮਝ ਨਾਲ ਦੇਖੋ, ਗੱਲ ਦਾ ਨਿਰਣਾ ਕੱਢਿਆ ਕਰੋ। ਆ ਇੱਥੇ ਇੱਕ ਦੋ ਬੰਦੇ ਹੁੰਦੇ ਨੇ ਬਸ ਇਹਨਾਂ ਲਵੇ, ਹੋਰ ਕੋਈ ਗੱਲ ਨਹੀਂ। RSS ਦਾ ਬੰਦਾ, BJP ਦਾ ਬੰਦਾ, ਮੋਦੀ ਦਾ ਦੱਲਾ, ਮੋਦੀ ਦਾ ਕੁੱਤਾ, ਫਲਾਣਾ ਇਮਕਾ ਧਿਮਕਾ, ਬਸ ਆਹ ਗੱਲਾਂ ਨੇ ਇਹਨਾਂ ਚ। ਪੇਸ਼ੈਂਸ ਤਾਂ ਦੇਖੋ ਕਿੰਨੀ ਕੁ ਇਹਨਾਂ ਦੀਆਂ, ਸਹਿਣਸ਼ੀਲਤਾ ਤਾਂ ਦੇਖ ਲਓ ਇਹਨਾਂ ਦੀ ਕਿੰਨੀ ਕੁ ਹੈ। ਆਹ ਸਿਆਣੇ ਬਿਆਣੇ ਬਜ਼ੁਰਗ ਨੇ, ਜੇ ਹੁਣ ਮੈਂ ਇਹਨਾਂ ਦੀ ਫੋਟੋ ਲਾ ਕੇ, ਆ ਜਿਹੜੇ ਜਸਵੀਰ ਬਾਲਾ ਨੇ, ਜਿਹਨਾਂ ਦੀ ਫੋਟੋ ਲਾ ਕੇ ਮੈਂ ਚਾਰ ਸ਼ਬਦ ਕਰਦਾ, ਇਧਰੋਂ ਗਾਲਾਂ ਮੈਂ ਕੱਢਦਾ, ਮੰਦੇ ਚੰਗੇ ਸ਼ਬਦ ਮੈਂ ਬੋਲਾਂ ਆਪਦੇ ਮੂੰਹ ਚੋਂ, ਫਿਰ ਦੱਸੋ ਇਹਨਾਂ ਦੀ ਰਹੂ ਕੀ। ਪਰ ਨਹੀਂ, ਇਹਨਾਂ ਚ ਕੋਈ ਇੱਜ਼ਤ, ਕੋਈ ਅਕਲ ਇਹਨਾਂ ਨੂੰ ਆਈ ਥੋੜੂ ਹੈ, ਉਮਰਾਂ ਨਾਲ ਅਕਲਾਂ ਥੋੜੂ ਆਉਂਦੀਆਂ ਨੇ ਇਹਨਾਂ ਨੂੰ, ਇਹਨਾਂ ਤਾਂ ਡਾਂਗ ਖਾ ਕੇ ਆਉਂਦੀਆਂ ਨੇ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਗਾਲਾਂ ਕੱਢਦੇ ਨੇ। ਕੀ ਮੇਰੀਆਂ ਭਾਵਨਾਵਾਂ ਨਹੀਂ ਹੈਗੀਆਂ ਜਦੋਂ ਤੁਸੀਂ ਮੰਦੇ ਚੰਗੇ ਸ਼ਬਦ ਬੋਲਦੇ ਹੋ? ਕਿ ਮੇਰੇ ਮਨ ਚ ਨਹੀਂ ਇਹ ਗੱਲ, ਤਕਲੀਫ ਨਹੀਂ ਦਿੰਦੀ ਹੋਊ ਮੈਨੂੰ? ਤੁਸੀਂ ਸੋਚਿਆ ਕਦੇ? ਕੋਈ ਚੱਜ ਦੀ ਗੱਲ ਕਰੀਏ ਆਪਾਂ, ਮੇਰੇ ਨਾਲ ਆਓ ਬਹਿਸ ਕਰ ਲਓ, ਸਵਾਲਾਂ ਦੀ ਗੱਲ ਕਰੋ, ਜਿਹੜੇ ਮੈਂ ਰਵਨੀਤ ਬਿੱਟੂ ਵਾਲੀ ਗੱਲ ਕਰੀਏ ਇਹ 'ਤੇ ਕਰ ਲਓ, ਜਿਹੜੀ ਮੈਂ ਮੂਸੇ ਵਾਲੇ ਦੇ ਘਰੇ ਦੋ ਜੁੜਵਾ ਬੱਚੇ ਹੋਣ ਦੀ ਗੱਲ ਕਰਦਾ ਉਹਦੇ ਕਰ ਲਓ, ਵੱਡੇ ਪੱਤਰਕਾਰ ਦੀ ਜਵਾਨੀ ਇਹ ਗੱਲ ਬਾਹਰ ਆਈ ਹੈ, ਜਿਹੜਾ ਉਹਨਾਂ ਦਾ ਖਾਸ ਨੇੜੇ ਦਾ ਪੱਤਰਕਾਰ ਹੈ। ਮੈਂ ਕੋਈ ਨੇੜੇ ਦਾ ਬੰਦਾ ਨਹੀਂ ਉਹਨਾਂ ਦੇ,
ਜਾਂ ਮੈਂ ਕੁਛ ਲੈਣਾ ਨਹੀਂ ਸਿੱਧੂ ਮੂਸੇ ਵਾਲੇ ਤੋਂ ਜਾਂ ਉਹਨਾਂ ਦੇ ਪਰਿਵਾਰ ਤੋਂ, ਮੈਨੂੰ ਕੀ ਮਤਲਬ ਹੈ, ਮੈਂ ਕੀ ਲੈਣਾ ਉਹਨਾਂ ਤੋਂ। ਪਰ ਉਹ ਪੱਤਰਕਾਰ ਦੇ ਸਿਰ ਤੇ ਮੈਂ ਇਹ ਗੱਲ ਕਰਤੀ, ਤੇ ਪਹਿਲਾਂ ਮੇਰੇ ਨਾਲ ਦੋ ਚਾਰ ਭਰਾਵਾਂ ਦੀ ਵੀ ਗੱਲ ਹੋਈ ਸੀ। ਜਿੱਥੇ ਕੋਈ ਚੱਜ ਦੀ ਗੱਲ ਹੋਊਗੀ ਉੱਥੇ ਆਪਾਂ ਚੱਜ ਦੀ ਗੱਲ ਹੀ ਕਰਾਂਗੇ ਵੀਰੋ। ਆਪਾਂ ਸਾਰੇ ਰਲ ਮਿਲ ਕੇ ਰਹਿਣਾ, ਸ਼ਾਂਤੀ ਸ਼ਾਂਤੀ ਨਾਲ ਪੰਜਾਬ ਅੱਗੇ ਵੱਧ ਸਕਦਾ। ਹਰਿਆਣੇ ਤੋਂ ਪਿੱਛੇ ਆ ਗਿਆ ਪੰਜਾਬ, ਅੱਖਾਂ ਖੋਲੀਏ ਆਪਾਂ, ਜਾ ਕਿੱਧਰ ਨੂੰ ਰਿਹਾ ਸਾਡਾ ਪੰਜਾਬ। ਹਰਿਆਣਾ 1,85,000 ਤੋਂ 90,000 ਕਰੋੜ ਦਾ, 1,85,000 ਤੋਂ 90,000 ਕਰੋੜ ਦਾ ਬਜਟ ਪੇਸ਼ ਕਰ ਗਿਆ। ਦੇਖੀਏ ਸਾਡੇ ਤੋਂ ਕਿੰਨੀ ਛੋਟੀ ਸਟੇਟ ਹੈ ਹਰਿਆਣਾ, ਪੰਜਾਬ ਕਿੱਡੀ ਵੱਡੀ ਸਟੇਟ ਹੈ। ਅਸੀਂ ਕਹਿੰਦੇ ਵੀ ਸਾਡੇ ਤਾਂ 50,000-60,000 ਦੀ ਤਾਂ ਜੀ ਫਸਲ ਦੀ ਇਨਕਮ ਹੈ। ਉਹ ਤੁਸੀਂ ਦੇਖੀਏ ਆਪਾਂ ਜਾ ਕੇ, ਹਰਿਆਣਾ ਨਾਲ ਲੱਗਦਾ ਛੋਟੀ ਜਿਹੀ ਸਟੇਟ ਹੈ, ਕਿੱਡੀ ਵੱਡੀ ਬਜਟ ਜਿਹੜੀ ਪੇਸ਼, ਕਿੱਡਾ ਵੱਡਾ ਬਜਟ ਪੇਸ਼ ਕਰ ਗਿਆ ਉਹ। ਪ੍ਰਗਟ ਸਿੰਘ ਗੁੱਡ ਮਾਰਨਿੰਗ ਜੀ, ਗੁੱਡ ਜੋਬ ਅੰਮ੍ਰਿਤਪਾਲ ਸਿੰਘ ਖੜਿਆਲ, ਬਹੁਤ ਬਹੁਤ ਸ਼ੁਕਰੀਆ ਪ੍ਰਗਟ ਵੀਰੇ, ਹੱਸਦੇ ਵਸਦੇ ਰਹੋ। ਕਿੱਥੋਂ ਪ੍ਰਗਟ ਭਰਾ? ਅੱਛਾ ਆਪਣੇ ਮੈਂਬਰ ਸਾਹਿਬ ਲੱਗਦੇ ਨੇ ਮੈਨੂੰ, ਆਪਣੇ ਭਰਾ ਹੀ ਨੇ ਛੋਟੇ। ਸੋ ਵੀਰੋ ਆਪਾਂ ਹਲੀਮੀ ਨਾਲ ਚੱਲੀਏ, ਠਰਮੇ ਨਾਲ ਚੱਲੀਏ, ਸੋਚ ਕੇ ਚੱਲੀਏ ਵੀ ਆਹ ਗੱਲ ਦਾ ਮਤਲਬ ਕੀ ਨਿਕਲਦਾ, ਇਹਦਾ ਮਤਲਬ ਕੀ ਨਿਕਲਦਾ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹਿ ਰਿਹਾ ਇਹ ਸੱਚ ਹੋਣਗੀਆਂ। ਜੇ ਨਾ ਕੁੱਕੀ ਗਿੱਲ ਲੜਿਆ ਤਾਂ ਕਿਹੋ, ਗੱਲ ਚੱਲ ਰਹੀ ਹੈ ਉਹਨਾਂ ਦੀ, ਇਹੀ ਤਾਂ ਫਿਰ ਪੱਤਰਕਾਰੀ ਹੈ, ਇਹੀ ਤਾਂ ਸਮਝ ਦੀ ਤੁਹਾਡੀ ਜਿਹੜੀ ਮਿਆਰ ਹੈ, ਇੱਥੋਂ ਹੀ ਪਤਾ ਲੱਗਦਾ ਵੀ ਬੰਦੇ ਨੂੰ ਸਮਝ ਹੈਗੀ ਹੈ ਜਾਂ ਨਹੀਂ ਹੈਗੀ। ਹੁਣ ਮੈਨੂੰ ਚਿੰਤਾ ਵੀ ਆਪਣਾ ਜਾਊ ਕਿੱਧਰ ਨੂੰ ਕੰਮ, ਆਪਣੇ ਪੰਜਾਬ ਤੋਂ ਵੱਡਾ ਬਜਟ ਪੇਸ਼ ਕਰ ਗਿਆ ਹਰਿਆਣਾ, ਆਪਾਂ ਤਾਂ ਪਿੱਛੇ ਡਿੱਗੇ ਉਹਦੇ ਨੂੰ, ਵੀ ਆਪਣੀ ਗੱਲ ਕਿੱਧਰ ਨੂੰ ਜਾ ਰਹੀ ਹੈ, ਗੱਲ ਕਿੱਧਰ ਨੂੰ ਜਾ ਰਹੀ ਹੈ। ਪ੍ਰਗਟ ਵੀਰੇ ਇੱਕ ਤਾਂ ਆਈਡੀ ਤੋਂ ਪਤਾ ਨਹੀਂ ਲੱਗਦਾ ਕੌਣ ਹੋ ਭਰਾ ਤੁਸੀਂ, ਤੇ ਸੋ ਇਸ ਕਰਕੇ ਤੁਹਾਨੂੰ ਕਹਿਣਾ ਵੀ ਆਪਾਂ ਰਲ ਮਿਲ ਕੇ ਹਲੀਮੀ ਨਾਲ ਚੱਲੀਏ, ਸਾਰੇ ਵੀਰ ਏਕਾ ਕਰੀਏ। ਮੈਂ ਸਾਰਾ ਕੁਛ ਦੇਖਿਆ ਹੋਇਆ ਵੀ ਭਾਈ ਕਾਂਗਰਸ ਵੀ ਦੇਖ ਲਈ, ਮੈਂ ਜੁੱਤੀਆਂ ਤੜਾ ਕੇ ਸਾਰਾ ਕੁਛ ਦੇਖਿਆ ਹੋਇਆ। ਹਾਂ ਮੈਂ ਕਹਿਣਾ ਅੱਜ ਲੈ, ਜੇ ਤੁਹਾਨੂੰ ਕੋਈ ਲੋੜ ਹੈ, ਸੁਖਬੀਰ ਬਾਦਲ ਤਾਂ ਨਹੀਂ ਹੈਗੇ ਦੇਖੋ, ਪਰ ਪੰਥਕ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈਗੀ ਹੈ, ਤੁਹਾਡੀਆਂ ਮੰਗਾਂ ਰੱਖ ਸਕਦੇ ਨੇ ਉਹ। ਇਹ ਆਪਾਂ ਚਾਹੇ ਮੈਂ ਮੰਨ ਲਓ ਹੋਰ ਪਾਰਟੀ 'ਚ ਬੈਠਾ ਹੋਵਾਂ, ਪਰ ਜਿਹੜੀ ਸੱਚੀ ਗੱਲ ਹੈ, ਸੱਚੀ ਹੈ, ਬਾਦਲ ਜਿੰਨੇ ਕੰਮ ਅੱਜ ਤੱਕ ਕਿਸੇ ਨੇ ਨਾ ਕੀਤੇ ਨੇ, ਨਾ ਹੋਏ ਨੇ, ਨਾ ਕਰਨੇ ਨੇ। ਪ੍ਰਕਾਸ਼ ਸਿੰਘ ਬਾਦਲ ਵਰਗੇ ਕੈਪਟਨ ਵਾਂਗ ਡਟ ਕੇ, ਨਾ ਪੰਜਾਬ ਦੇ ਹੱਕ 'ਚ ਕੋਈ ਖੜਿਆ, ਨਾ ਕਿਸੇ ਨੇ ਖੜਨਾ। ਕਹਿ ਦੂ ਕੋਈ ਚਿੜੀ ਚੁੱਕੀ ਤੀ ਜਦੋਂ ਅੰਦੋਲਨ ਚੱਲਦਾ ਸੀ, ਕੈਪਟਨ ਨੇ ਸਟੈਂਡ ਲਿਆ ਤੀ ਕਿ ਨਹੀਂ ਲਿਆ ਤੀ? ਸੋ ਇਹ ਗੱਲਾਂ ਵੀਰੋ ਸੋਚਣੀਆਂ ਪੈਣਗੀਆਂ ਆਪਾਂ ਨੂੰ। ਤੁਸੀਂ ਸਾਰੇ ਜੁੜੇ, ਬਹੁਤ ਬਹੁਤ ਧੰਨਵਾਦ। ਉਮੀਦ ਕਰਦਾ ਤੁਸੀਂ ਤੇ ਤੁਹਾਡਾ ਪਰਿਵਾਰ ਹੱਸਦੇ ਵਸਦੇ ਹੋਵੋਗੇ ਤੇ ਹੱਸਦੇ ਵਸਦੇ ਰਹੋ। ਸੋ ਵੀਰੋ ਮੈਥੋਂ ਫਿਰ ਵੀ ਮੈਂ ਦੁਬਾਰੇ, ਕਿਉਂ ਆਪਾਂ ਇਹਨਾਂ ਵਰਗੇ ਨਹੀਂ, ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਸ਼ਬਦ ਬੋਲਿਆ ਜਾਂਦਾ ਤਾਂ ਉਹਦੇ ਲਈ ਪਹਿਲੀ ਮਾਫ਼ੀ ਹੈ, ਵੱਡਾ ਛੋਟਾ ਵੀਰ ਜਾਣ ਕੇ ਮਾਫ਼ ਕਰਿਆ ਕਰੋ। ਸੋ ਸਾਰੇ ਵੀਰਾਂ ਨੂੰ ਦੁਬਾਰਾ ਦੱਸਦਿਆਂ ਕਿ ਜਿਹੜੀ ਮੈਂ ਖ਼ਬਰ ਸਿੱਧੂ ਮੂਸੇਵਾਲੇ ਦੇ ਜਨਮ ਵਾਲੀ ਜੋੜੇ ਬੱਚਿਆਂ ਲਈ ਉਹਨਾਂ ਦੇ ਘਰੇ ਪਾਈ ਸੀ, ਉਹ ਬਲਜੀਤ ਸਿੰਘ ਜੀ ਉੱਗੇ ਪੱਤਰਕਾਰ, ਉਹਨਾਂ ਦੀ ਵੀਡੀਓ 3.5 ਮਿੰਟ ਦੀ ਹੈ, ਮੈਂ ਚਲਾ ਨਹੀਂ ਸਕਦਾ, ਕਾਪੀਰਾਈਟ ਆ ਜਾਂਦਾ। ਉਹਨਾਂ ਦੀ ਵੀਡੀਓ ਨੂੰ ਵੀ ਮੈਂ, ਕਿਉਂ ਉਦੋਂ ਬਾਅਦ ਮੈਂ ਬੋਲਿਆ, ਉਦੋਂ ਉਹਨਾਂ ਨੇ ਪਾਤੀ ਸੀ ਵੀਡੀਓ, ਜਿਹੜੀ ਵੀਡੀਓ ਬਲਜੀਤ ਸਿੰਘ ਜੀ ਨੇ ਉਦੋਂ ਪਹਿਲਾਂ ਪਾਤੀ ਸੀ, ਫਿਰ ਮੈਂ ਪਾਈ ਹੈ, ਉਹਨਾਂ ਤੋਂ ਬਾਅਦ ਮੈਂ ਵੀਡੀਓ ਪਾਈ ਹੈ। ਪਹਿਲਾਂ ਮੇਰਾ ਮਤਲਬ ਆਪਾਂ ਨੇ 2 ਮਹੀਨਿਆਂ ਤੋਂ ਇਹ ਗੱਲ ਨਹੀਂ ਕਰੀ, ਹੁਣ ਜਦੋਂ ਚੱਲਣ ਲੱਗ ਗਏ ਆਪਾਂ ਵੀ ਪਾਈ ਹੈ, ਪੱਤਰਕਾਰ ਨੇ ਪਾਤੀ, ਉਹਨਾਂ ਦੇ ਤਾਇਆ ਜੀ ਦਾ ਵੀ ਮੈਂ ਬਿਆਨ ਸੁਣਿਆ, ਅਤੇ ਹੋਰ ਨੌਜਵਾਨ ਵੀਰ ਨੇ
ਸਮਝ ਵਾਲੇ ਬੁੱਧੀਜੀਵੀ ਬੰਦੇ ਨੇ ਜਿਨ੍ਹਾਂ ਨੂੰ ਪਹਿਲੀ ਪਰਿਵਾਰ ਨਾਲ ਨੇੜਤਾ ਹੈ, ਉਹਨਾਂ ਨੂੰ ਆਪ ਪਤਾ, ਜਿੰਨੇ ਵੀ ਪਰਿਵਾਰ ਨਾਲ ਨੇੜਤਾ ਉਹ ਚਲੋ ਨਹੀਂ ਬੋਲੇ, ਉਹ ਵੱਖਰੀ ਗੱਲ ਹੈ, ਹੁਣ ਸਾਰਿਆਂ ਨੇ ਸ਼ੁਰੂਆਤ ਕਰਤੀ ਹੈ। ਪਰ ਤੁਹਾਨੂੰ ਮੈਂ ਦੱਸ ਦੇਵਾਂ ਇਹ ਗੱਲ ਸੱਚੀ ਹੈ,